ਲੁਧਿਆਣਾ ਵਿੱਚ ਬੁੱਧਵਾਰ ਸ਼ਾਮ ਜਿੱਥੇ ਤੇਜ਼ ਹਨੇਰੀ ਅਤੇ ਮੀਂਹ ਨੇ ਗਰਮੀ ਦੇ ਮਾਰੇ ਲੋਕਾਂ ਨੂੰ ਰਾਹਤ ਦੇਣ ਦਾ ਕੰਮ ਕੀਤਾ ਹੈ, ਉੱਥੇ ਹੀ ਇਹ ਮੌਸਮ ਵੱਡੀ ਆਫ਼ਤ ਵੀ ਲੈ ਆਇਆ ਹੈ। ਸ਼ਹਿਰ ਵਿੱਚ ਚੱਲੀ ਤੇਜ਼ ਹਨੇਰੀ ਨਾਲ ਕਈ ਥਾਵਾਂ 'ਤੇ ਬਹੁਤ ਨੁਕਸਾਨ ਹੋਇਆ। ਜਨਕਪੁਰੀ ਇਲਾਕੇ ਵਿੱਚ ਤੇਜ਼ ਹਨੇਰੀ ਦੇ ਕਾਰਨ ਇੱਕ ਘਰ ਦੀ ਚੌਥੀ ਮੰਜ਼ਿਲ ਤੋਂ ਪਾਣੀ ਵਾਲੀ ਟੈਂਕੀ ਥੱਲੇ ਡਿੱਗ ਪਈ, ਜਿਸ ਨਾਲ ਇੱਕ ਵਿਅਕਤੀ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਦੇ ਨਾਲ ਇੱਕ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਅਤੇ ਇਹ ਸਾਰੀ ਘਟਨਾ CCTV ਕੈਮਰੇ ਵਿੱਚ ਕੈਦ ਹੋਈ ਹੈ। ਫੈਕਟਰੀ ਪੈਂਦੀ ਹੈ ਸੰਜੀਵਨ ਟੈਕਸਟਾਈਲਸ, ਇਹਦੇ ਵਿੱਚ ਨਿੱਟਵੀਅਰ ਦਾ ਕੰਮ ਹੁੰਦਾ ਵਾ। ਉੱਥੇ ਨਾਲ ਦੇ ਪੜੋਸ ਦੇ ਵਿੱਚ ਜਸਮਨ ਫੈਕਟਰੀ ਹੈ, ਉਹਦੀ ਉੱਪਰਲਾ ਪੋਰਸ਼ਨ ਦੀ ਕੁਛ ਦੀਵਾਰ ਦਾ ਪੋਰਸ਼ਨ ਕੁਛ ਡਿੱਗਾ ਥੱਲੇ, ਜਿਹਦੇ ਕਰਕੇ ਕੋਈ ਬੰਦਾ ਅਤੁਲ ਫੈਕਟਰੀ ਦੇ ਉੱਤੋਂ ਲੇਬਰ ਵਾਲਾ ਕੋਈ ਸਮਾਨ ਲੈ ਕੇ ਆਇਆ ਸੀ। ਅਚਾਨਕ ਡਿੱਗਣ ਨਾਲ ਇੱਕ ਤਾਂ ਕੰਧ ਜਦੋਂ ਡਿੱਗੀ ਹੈ ਉਹਦੇ ਥੱਲੇ ਗੱਡੀ ਲੱਗੀ ਹੋਈ ਸੀ, ਗੱਡੀ ਕਾਫੀ ਨੁਕਸਾਨ ਹੋ ਗਿਆ ਗੱਡੀ ਦਾ, ਅਤੇ ਇੱਕ ਆਦਮੀ ਨੂੰ ਜ਼ਖਮੀ ਹੋ ਗਿਆ, ਬਾਕੀ ਜਿਹੜਾ ਉਹ ਬਚਾਅ ਹੋ ਗਿਆ, ਹੋਰ ਬਾਕੀ ਜਾਨੀ ਕੋਈ ਹੋਰ ਨੁਕਸਾਨ ਨਹੀਂ ਹੋਇਆ। ਹਾਂ, ਤੁਰੰਤ ਉਹਨੂੰ ਐਂਬੂਲੈਂਸ ਬੁਲਾ ਕੇ ਪੁਲਿਸ ਪਾਰਟੀ, ਕਿਉਂਕਿ ਮੈਂ ਵੀ ਆ ਗਿਆ ਸੀ ਮੌਕੇ 'ਤੇ, ਅਤੇ ਉੱਥੋਂ ਸਿਵਲ ਹੋਸਪਿਟਲ ਤੋਂ ਐਂਬੂਲੈਂਸ ਨੂੰ ਬੁਲਾ ਕੇ ਤੋਂ ਉਹਨੂੰ ਟ੍ਰੀਟਮੈਂਟ ਵਾਸਤੇ। ਹਾਂ, ਹਨੇਰੀ ਦਾ ਤੂਫਾਨ ਜਿਹਾ ਇੱਕ ਆਇਆ ਸੀ ਇੱਕਦਮ, ਅਤੇ ਕਾਫੀ ਨੁਕਸਾਨ ਹੋਇਆ ਸ਼ਹਿਰ ਦੇ ਵਿੱਚ ਵੀ। ਇੱਥੇ ਵੀ ਮੈਂ ਆਣ ਕੇ ਦੇਖ ਰਿਹਾ ਵੀ ਉੱਪਰੋਂ ਛੱਤ ਉਹਦੇ ਹਵਾ ਦੇ ਕਰਕੇ, ਹਵਾ ਦੇ ਪ੍ਰੈਸ਼ਰ ਦੇ ਕਰਕੇ ਉਹ ਡਿੱਗ ਪਈ ਉਹ ਸ਼ਹਿਰ।